ਐਵੇਂ ਨਹੀਂ ਸਟੇਡੀਅਮ ਸੋਲਡ ਆਊਟ ਹੁੰਦੇ, ਇਹ ਇੱਦਾਂ ਹੁੰਦੇ ਆ ਵੀਰ ਜੀ, ਇੱਦਾਂ ਕਿਉਂ? ਚੱਕ ਦਿਓ ਸਿੰਘੋ, ਚੱਕ ਦਿਓ। ਦਲਜੀਤ ਦੋਸਾਂਝ ਹੁਣਾਂ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ, ਜਿੱਥੇ ਦਲਜੀਤ ਦੋਸਾਂਝ ਬਦਾਮਾਂ ਅਤੇ ਦੇਸੀ ਜੜੀ ਬੂਟੀਆਂ ਵਾਲੀ ਸ਼ਰਦਾਈ ਬਣਾ ਰਹੇ ਨੇ। ਦੇਸੀ ਕੁੰਡੇ ਡੰਡੇ ਦੇ ਨਾਲ ਬਣਾਈ ਇਹ ਸ਼ਰਦਾਈ ਪੀ ਕੇ ਗੋਰੇ ਵੀ ਧੰਨ ਧੰਨ ਹੋ ਗਏ। ਦੱਸ ਦਈਏ ਕਿ ਦਲਜੀਤ ਦੋਸਾਂਝ ਇਸ ਵੇਲੇ ਕੈਨੇਡਾ ਦੇ ਵਿੱਚ ਦਿਲ ਲੈਮਨੇਟੀ ਟੂਰ ਕਰ ਰਹੇ ਨੇ, ਜਿੱਥੇ ਉਹਨਾਂ ਦੇ ਸ਼ੋਅ ਸੋਲਡ ਆਊਟ ਹੋ ਰਹੇ ਨੇ। ਦਲਜੀਤ ਦੋਸਾਂਝ ਇਹਨਾਂ ਸ਼ੋਅਜ਼ ਦੇ ਦੌਰਾਨ ਕਾਫੀ ਵੀਡੀਓ ਵੀ ਸਾਂਝੀਆਂ ਕਰ ਰਹੇ ਨੇ, ਜਿਨ੍ਹਾਂ 'ਚੋਂ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਐਵੇਂ ਨਹੀਂ ਸਟੇਡੀਅਮ ਸੋਲਡ ਆਊਟ ਹੁੰਦੇ, ਇਹ ਇੱਦਾਂ ਹੁੰਦੇ ਆ ਵੀਰ ਜੀ, ਇੱਦਾਂ ਕਿਉਂ? ਚੱਕ ਦਿਓ ਸਿੰਘੋ, ਚੱਕ ਦਿਓ। ਦਲਜੀਤ ਦੋਸਾਂਝ ਹੁਣਾਂ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ, ਜਿੱਥੇ ਦਲਜੀਤ ਦੋਸਾਂਝ ਬਦਾਮਾਂ ਅਤੇ ਦੇਸੀ ਜੜੀ ਬੂਟੀਆਂ ਵਾਲੀ ਸ਼ਰਦਾਈ ਬਣਾ ਰਹੇ ਨੇ। ਦੇਸੀ ਕੁੰਡੇ ਡੰਡੇ ਦੇ ਨਾਲ ਬਣਾਈ ਇਹ ਸ਼ਰਦਾਈ ਪੀ ਕੇ ਗੋਰੇ ਵੀ ਧੰਨ ਧੰਨ ਹੋ ਗਏ। ਦੱਸ ਦਈਏ ਕਿ ਦਲਜੀਤ ਦੋਸਾਂਝ ਇਸ ਵੇਲੇ ਕੈਨੇਡਾ ਦੇ ਵਿੱਚ ਦਿਲ ਲੈਮਨੇਟੀ ਟੂਰ ਕਰ ਰਹੇ ਨੇ, ਜਿੱਥੇ ਉਹਨਾਂ ਦੇ ਸ਼ੋਅ ਸੋਲਡ ਆਊਟ ਹੋ ਰਹੇ ਨੇ। ਦਲਜੀਤ ਦੋਸਾਂਝ ਇਹਨਾਂ ਸ਼ੋਅਜ਼ ਦੇ ਦੌਰਾਨ ਕਾਫੀ ਵੀਡੀਓ ਵੀ ਸਾਂਝੀਆਂ ਕਰ ਰਹੇ ਨੇ, ਜਿਨ੍ਹਾਂ 'ਚੋਂ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਐਵੇਂ ਨਹੀਂ ਸਟੇਡੀਅਮ ਸੋਲਡ ਆਊਟ ਹੁੰਦੇ, ਇਹ ਇੱਦਾਂ ਹੁੰਦੇ ਆ ਵੀਰ ਜੀ, ਇੱਦਾਂ ਕਿਉਂ? ਚੱਕ ਦਿਓ ਸਿੰਘੋ, ਚੱਕ ਦਿਓ। ਦਲਜੀਤ ਦੋਸਾਂਝ ਹੁਣਾਂ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ, ਜਿੱਥੇ ਦਲਜੀਤ ਦੋਸਾਂਝ ਬਦਾਮਾਂ ਅਤੇ ਦੇਸੀ ਜੜੀ ਬੂਟੀਆਂ ਵਾਲੀ ਸ਼ਰਦਾਈ ਬਣਾ ਰਹੇ ਨੇ। ਦੇਸੀ ਕੁੰਡੇ ਡੰਡੇ ਦੇ ਨਾਲ ਬਣਾਈ ਇਹ ਸ਼ਰਦਾਈ ਪੀ ਕੇ ਗੋਰੇ ਵੀ ਧੰਨ ਧੰਨ ਹੋ ਗਏ। ਦੱਸ ਦਈਏ ਕਿ ਦਲਜੀਤ ਦੋਸਾਂਝ ਇਸ ਵੇਲੇ ਕੈਨੇਡਾ ਦੇ ਵਿੱਚ ਦਿਲ ਲੈਮਨੇਟੀ ਟੂਰ ਕਰ ਰਹੇ ਨੇ, ਜਿੱਥੇ ਉਹਨਾਂ ਦੇ ਸ਼ੋਅ ਸੋਲਡ ਆਊਟ ਹੋ ਰਹੇ ਨੇ। ਦਲਜੀਤ ਦੋਸਾਂਝ ਇਹਨਾਂ ਸ਼ੋਅਜ਼ ਦੇ ਦੌਰਾਨ ਕਾਫੀ ਵੀਡੀਓ ਵੀ ਸਾਂਝੀਆਂ ਕਰ ਰਹੇ ਨੇ, ਜਿਨ੍ਹਾਂ 'ਚੋਂ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਐਵੇਂ ਨਹੀਂ ਸਟੇਡੀਅਮ ਸੋਲਡ ਆਊਟ ਹੁੰਦੇ, ਇਹ ਇੱਦਾਂ ਹੁੰਦੇ ਆ ਵੀਰ ਜੀ, ਇੱਦਾਂ ਕਿਉਂ? ਚੱਕ ਦਿਓ ਸਿੰਘੋ, ਚੱਕ ਦਿਓ। ਦਲਜੀਤ ਦੋਸਾਂਝ ਹੁਣਾਂ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ, ਜਿੱਥੇ ਦਲਜੀਤ ਦੋਸਾਂਝ ਬਦਾਮਾਂ ਅਤੇ ਦੇਸੀ ਜੜੀ ਬੂਟੀਆਂ ਵਾਲੀ ਸ਼ਰਦਾਈ ਬਣਾ ਰਹੇ ਨੇ। ਦੇਸੀ ਕੁੰਡੇ ਡੰਡੇ ਦੇ ਨਾਲ ਬਣਾਈ ਇਹ ਸ਼ਰਦਾਈ ਪੀ ਕੇ ਗੋਰੇ ਵੀ ਧੰਨ ਧੰਨ ਹੋ ਗਏ। ਦੱਸ ਦਈਏ ਕਿ ਦਲਜੀਤ ਦੋਸਾਂਝ ਇਸ ਵੇਲੇ ਕੈਨੇਡਾ ਦੇ ਵਿੱਚ ਦਿਲ ਲੈਮਨੇਟੀ ਟੂਰ ਕਰ ਰਹੇ ਨੇ, ਜਿੱਥੇ ਉਹਨਾਂ ਦੇ ਸ਼ੋਅ ਸੋਲਡ ਆਊਟ ਹੋ ਰਹੇ ਨੇ। ਦਲਜੀਤ ਦੋਸਾਂਝ ਇਹਨਾਂ ਸ਼ੋਅਜ਼ ਦੇ ਦੌਰਾਨ ਕਾਫੀ ਵੀਡੀਓ ਵੀ ਸਾਂਝੀਆਂ ਕਰ ਰਹੇ ਨੇ, ਜਿਨ੍ਹਾਂ 'ਚੋਂ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ।